बच्चे कोई हाथ च हथियार लैके गए नहीं सी, बच्चे खाली हाथ ही गए सी। उन्होंने कोई अपने सारे हथियार जो भी पिस्तौल कृपाना दातर लैके आए सीगे। इन्होंने बच्चों हौली हौली पचकार पचकार के अपने परे चौंक तक लै गए ने, लैके गए तो उत्थे जाके बच्चों के इन्होंने हमला किया है। फिर मेरे दोतरे दे उहदे 15 टांके लगे ने, मेरे अपने बेटे दे 2 टांके लगे ने, मेरे आदमी दे 3 टांके लगे ने, लक च इन्होंने इट मारी आ, तो इहदा कित्थे इंसाफ। अमृतसर दे नौशहरा पिंड विच अद्धी रात होया गुंडागर्दी दा वड्डा नाच। नौजवानों की गुट वल्लों कट्ठे होके घर ते कीता गया हमला, चले इट्टां पत्थर गोलियां दी होई बछार। तस्वीरां तुहानूं दिखा रहे हां अमृतसर दे नाल पैंदे नौशहरा पिंड दीआं, जिथे छोटी गल नूं लै के कुछ नौजवानों वालों कट्ठे होकर एक घर पर हमला किया गया। ना सिर्फ इट्टां पत्थर चलाए गए बल्कि दस्या जा रहा है कि इस मौके फायरिंग भी की गई। पूरे मामले पर परिवारक मैंबर ने की बयान दिता, तुसीं भी सुनो। भाजी कुछ नहीं, मैं सिर्फ काम तो आया हाँ, 10 मिनट पहला की गल है। तो उत्थे साढ़े पुराने बजुर्ग इदा बार बूर जाते रहेंगे, उत्थे जूए से बैठे आ सोनू सिंह मेहरे सिंबे है जी। इन्होंने साढ़े बापू ने वाद घाट गल की बरादरी तो, इस हफले लैके तो गल करते रहे। बापू कहिंदा आपां लड़ना झगड़ना नहीं, तो बापू साडा घरे आ गया, कोई गल नहीं हुई। तो उस तो बाद 10-15 मिनटा बाद ये मुंडे वंडे इकट्ठे करके लिया, 15-20 जाने खाधी पीती शराब शरूब पीती ही इन्होंने, तो सीधा आ के घरे गल पे। आप हाथ हुत भी जुड़े अं क्या भी नहीं भाजी अं लड़ना जाओ, ये मने नहीं, कोई गल नहीं सुनी। जो फिर अं कोई गलबात कर लगे, अं 3-4 भरा सीधे आए तो फायर कढ़न डै पे। इन्हें कुछ नहीं पुछया, किसी नहीं गोलियां मार डै पे। मेरे भरा वड्डे दे उहदे 15 टांके लगे, मेरे लगे 4, जिहड़ा मेरे नाल मुंडा सी एक होर उहदे भी कन्न लागो खहकन कन्न पाड़ गई गोली, उहदे 15 टांके लगे। किन्नियां गोलियां चलियां ते कित्थे चलियां? इह 5-6 गोलियां चलियां, जो उस 'चों 2 राउंड असीं जिहड़े मुलाजमां नूं देते ठीक जी, ते बाकी कंध ते भी निशान वगे पए, 3-4 गोली जिहड़े हमले उहनां निशान वगे। हांजी, किन्ने जख्मी हो गए? ਵਿੱਚੋਂ 5 ਜ਼ਖਮੀ ਹੋਏ ਜੀ ਸਾਡੇ, ਇੱਕ ਮੇਰੇ ਫਾਦਰ ਸਾਹਿਬ ਹੋਏ ਠੀਕ ਜੀ, ਇੱਕ ਮੇਰਾ ਭਰਾ ਵਾ ਵੱਡਾ ਭੂਆ ਜੀ ਦਾ ਬੇਟਾ ਉਹ ਹੋਇਆ, ਇੱਕ ਮੁੰਡਾ ਸਨੀ ਹੈਗਾ ਹੋਸਪਿਟਲ ਦਾਖਲ ਹੈ ਐਮਰਜੈਂਸੀ 'ਚ ਹਾਲੇ ਵੀ, ਉਹਦਾ 1.5 ਲੱਖ ਰੁਪਇਆ ਮੰਗ ਰਹੇ ਹੁਣ। ਝਗੜਾ ਨਹੀਂ ਭਾਜੀ ਆਪਣੀ ਪੁਰਾਣੀ ਰੰਜਿਸ਼ ਕੋਈ ਨਹੀਂ, ਆਪਾਂ ਕੰਮ ਕਾਰ ਵਾਲੇ ਬੰਦੇ ਅਸੀਂ ਕਿਸੇ ਨਾਲ ਰਹਿਣ ਬਹਿਣੀ ਨਹੀਂ ਜੋ ਰੱਖਦੇ। ਕੀ ਮੰਗ ਕਰਦੇ ਪ੍ਰਸ਼ਾਸਨ? ਅਸੀਂ ਇਹੋ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ, ਅੱਜ 3 ਦਿਨ ਹੋ ਗਏ ਸਾਨੂੰ ਮੁਲਾਜ਼ਮ ਵੀ ਰੜਕਾਉਣ ਡੇ, ਕੋਈ ਸੁਣਵਾਈ ਨਹੀਂ ਕਰ ਰਹੇ। ਇਹੀ ਗਏ ਅਤੇ ਬੱਚੇ ਤਾਂ ਕੋਈ ਹੱਥ 'ਚ ਹਥਿਆਰ ਲੈ ਕੇ ਗਏ ਨਹੀਂ ਸੀ, ਬੱਚੇ ਤਾਂ ਖਾਲੀ ਹੱਥ ਹੀ ਗਏ ਸੀਗੇ, ਉਹਨਾਂ ਨੇ ਕੋਈ ਹਥਿਆਰ ਨਹੀਂ ਸੀ, ਖਾਲੀ ਹੱਥ ਹੀ ਗਏ। ਅਤੇ ਇਹਨੇ ਆਪਣੇ ਸਾਰੇ ਹਥਿਆਰ ਜੋ ਵੀ ਪਿਸਤੌਲ ਕਿਰਪਾਨਾ ਦਾਤਰ ਲੈ ਕੇ ਆਏ ਸੀਗੇ, ਇਹਨਾਂ ਨੇ ਬੱਚਿਆਂ ਨੂੰ ਹੌਲੀ ਹੌਲੀ ਪਚਕਾਰ ਪਚਕਾਰ ਕੇ ਆਪਣੇ ਪਰੇ ਚੌਂਕ ਤੱਕ ਲੈ ਗਏ ਨੇ, ਲੈ ਕੇ ਗਏ ਅਤੇ ਉੱਥੇ ਜਾ ਕੇ ਬੱਚਿਆਂ 'ਤੇ ਇਹਨਾਂ ਨੇ ਹਮਲਾ ਕੀਤਾ ਹੈ। ਫਿਰ ਮੇਰੇ ਦੋਤਰੇ ਦੇ ਉਹਦੇ 15 ਟਾਂਕੇ ਲੱਗੇ ਨੇ, ਮੇਰੇ ਆਪਣੇ ਬੇਟੇ ਦੇ 2 ਟਾਂਕੇ ਲੱਗੇ ਨੇ, ਮੇਰੇ ਆਦਮੀ ਦੇ 3 ਟਾਂਕੇ ਲੱਗੇ ਨੇ, ਲੱਕ 'ਚ ਇਹਨਾਂ ਨੇ ਇੱਟ ਮਾਰੀ ਆ, ਅਤੇ ਇਹਦਾ ਕਿੱਥੇ ਇਨਸਾਫ ਹੋਏਗਾ ਸਰ? ਕੋਈ ਤਾਂ ਸਾਡੀ ਮਦਦ ਕਰੇ, ਕੋਈ ਸਾਡੀ ਸੁਣਵਾਈ ਨਹੀਂ ਹੈਗੀ, ਕੋਈ ਸਾਡੀ ਸੁਣਦਾ ਹੀ ਨਹੀਂ ਪਿਆ। ਕਿੰਨੀਆਂ ਗੋਲੀਆਂ ਚੱਲੀਆਂ, ਕੋਈ ਸੀਸੀਟੀਵੀ ਆਈ ਹੋਵੇ ਸਾਹਮਣੇ? ਹਾਂਜੀ, ਕੈਮਰੇ ਦੇ ਵਿੱਚ ਵੀਡੀਓ ਆਈ ਆ, ਅਤੇ ਉਹ ਕੈਮਰੇ ਦੇ ਵਿੱਚ ਵੀਡੀਓ ਬੱਚਿਆਂ ਨੇ ਬਣਾਈ ਹੋਈ ਆ। ਕਿੰਨੀਆਂ ਗੋਲੀਆਂ ਚੱਲੀਆਂ ਟੋਟਲ? 5-6 ਇਹਨਾਂ ਨੇ ਗੋਲੀਆਂ ਚਲਾਈਆਂ ਨੇ, ਅਤੇ ਕਿ ਜਿਹੜੀ ਇੱਕ ਸਾਡੇ ਦੋਤਰੇ ਦੇ ਖਹਿ ਕੇ ਲੰਘ ਗਈ ਆ, ਸਾਡੇ ਦੋਤਰੇ ਦੇ ਸਿਰ ਦੇ ਵਿੱਚ ਕਾਫੀ 15 ਟਾਂਕੇ ਲੱਗੇ ਨੇ, ਅਤੇ ਇੱਕ ਵਿਚਾਰਾ ਛੋਟਾ ਜਿਹਾ 15 ਸਾਲ ਦਾ ਬੱਚਾ ਸੀਗਾ, 15 ਸਾਲ ਦੇ। ਅਸੀਂ ਮਦਦ ਮੰਗਦੇ ਹਾਂ ਕਿ ਇਹਨਾਂ ਨੂੰ ਸਾਡੀ ਸੁਣਵਾਈ ਕੀਤੀ ਜਾਵੇ, ਇਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ, ਕਿ ਅੱਜ ਬਾਹਰੋਂ ਬੰਦੇ ਆ ਕੇ ਸਾਡੇ ਪਿੰਡ ਦੇ ਵਿੱਚ ਹਮਲਾ ਕਰ ਜਾਣ। ਇਹ ਕਿੱਥੋਂ ਦੀ ਹੈਗੀ ਕੋਈ ਖਾਸੀਅਤ ਕਿ ਬਾਹਰੋਂ ਆ ਕੇ ਪਿੰਡ ਦੇ ਵਿੱਚ ਜਨਤਾ 'ਤੇ ਹਮਲਾ ਕੀਤਾ ਜਾਵੇ? ਜਨਤਾ ਹੀ ਆ ਜਿਹੜੇ ਬੇਹੱਕੇ ਵਿਚਾਰੇ 2 ਜਾਣੇ ਖਲੋਤੇ ਸੀਗੇ, ਇੱਕ ਛੋਟਾ ਬੱਚਾ 15 ਸਾਲ ਦਾ, ਉਹਦਾ ਕੀ ਕਸੂਰ ਸੀ? ਭਾਜੀ ਕੋਈ ਰੰਦਸ ਨਹੀਂ ਹੈਗੀ ਇਹਨਾਂ ਨਾਲ ਸਾਡੀ, ਇਹ ਪਿੰਡ ਦੇ ਅਸੀਂ ਵੀ ਰਹਿਣ ਵਾਲੇ, ਇਹ ਵੀ ਰਹਿਣ ਵਾਲੇ ਆ। ਕਿਹੜੇ ਪਿੰਡ ਦੇ? ਨਸ਼ਹਿਰਾ ਜੀ ਪਿੰਡ ਸਾਡਾ, ਨਸ਼ਹਿਰਾ ਕਲਾਂ ਪਿੰਡ ਆ, ਅਤੇ ਇਹ ਇਹਨਾਂ ਦੀ ਕੋਈ ਰੰਦਸ ਨਹੀਂ ਹੈਗੀ। ਇਹ ਕਿਤੇ ਬਜ਼ੁਰਗ ਸਾਡੇ ਗਏ ਬਾਹਰ, ਇਹ ਗਲਤ ਮਲਤ ਬੋਲਦੇ ਜਾਤਾਂ ਵਾਸਤੇ, ਇਹਨਾਂ ਦੀ ਕੋਈ ਗੱਲਬਾਤ ਕਰਨੀ, ਇਹਨਾਂ ਨੇ ਆਣ ਕੇ ਸਾਡੇ 'ਤੇ ਮੁੰਡਿਆਂ ਦੇ ਨਾਲ ਹਮਲਾ ਕਰਵਾਇਆ ਵਾ, ਗੋਲੀਆਂ ਚਲਾਈਆਂ ਨਹਾਣ ਕੇ। ਇਹਨਾਂ ਦੀ ਭਾਜੀ ਕੋਈ ਸਾਡੀ ਸੁਣਵਾਈ ਨਹੀਂ ਕਰ ਰਿਹਾ ਹੈਗਾ। ਕਿੰਨਾਂ ਨੇ ਗੋਲੀਆਂ ਚਲਾਈਆਂ, ਕੌਣ ਇਹ ਮੁੰਡੇ? ਇਹ ਭਾਜੀ ਇੱਥੋਂ ਮਹਿਰਾ ਸਿੰਘ ਆ ਸਾਡੇ ਲਾਗੇ, ਇਹਨਾਂ ਦੀ ਗੱਲਬਾਤ ਹੈ। ਕਿੰਨੀਆਂ ਗੋਲੀਆਂ ਚੱਲੀਆਂ? ਇਹ ਭਾਜੀ 7-8 ਗੋਲੀਆਂ ਚਲਾਈਆਂ ਨਾ, 2 ਪਿਸਟਲ ਇਹਨਾਂ ਦੇ ਕੋਲ ਆ,
ਬੰਦੇ ਸਾਡੇ ਪੰਜ ਜ਼ਖਮੀ ਹੋਏ ਜੀ ਸਰ ਹੁਣ ਕੀ ਮੰਗ ਕਰਦੇ ਹੈ ਇਹ ਸਰ ਇਨਸਾਫ ਹੀ ਮੰਗਦੇ ਹੈਗੇ ਇਹਨਾਂ ਕੋਲੋਂ ਸਜ਼ਾ ਹੋਵੇ ਬੰਦੇ ਨੂੰ ਇੱਕ ਮੁੰਡਾ ਸਾਡਾ ਹਸਪੀਟਲ ਪਿਆ ਹੈਗਾ ਉਹਦਾ ਵਿਚਾਰੇ ਦਾ ਬੁਰਾ ਹਾਲ ਹੈਗਾ ਵਾ ਉਧਰ ਪਿੰਡ ਵਿੱਚ ਹੋਈ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ ਮਿਤੀ 22/3/21 ਨੂੰ ਕਰੀਬ ਰਾਤ 9:30 ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਨਸ਼ਹਿਰੇ ਕਲਾਂ ਕੋਈ ਦੋ ਪਾਰਟੀਆਂ ਆਪਸ ਵਿੱਚ ਲੜੀਆਂ ਨੇ ਮੌਕਾ ਪਰ ਜਾ ਕੇ ਦੇਖਿਆ ਸੋਨੂੰ ਨਸ਼ਹਿਰੇ ਕਲਾਂ ਦਾ ਉਹਦਾ ਝਗੜਾ ਜਿਹੜਾ ਸੰਨੀ ਪੁੱਤਰ ਬਲਵਿੰਦਰ ਸਿੰਘ ਵਗੈਰਾ ਨਾਲ ਹੋਇਆ ਸੀ ਅਤੇ ਸੰਨੀ ਨੇ ਕੁਝ ਆਪਣੇ ਯਾਰ ਦੋਸਤ ਬੁਲਾ ਕੇ ਜਿਨ੍ਹਾਂ ਦੇ ਕੋਲ ਵੈਪਨ ਸਨ ਉਹਦੇ ਨਾਲ ਕਰੀਬ 4-5 ਫਾਇਰ ਕੀਤੇ ਜਿਹਦੇ ਵਿੱਚ ਇੱਕ ਗੋਲੀ ਜਿਹੜੀ ਆ ਉਹ ਸੰਨੀ ਪੁੱਤਰ ਬਲਵਿੰਦਰ ਸਿੰਘ ਦੇ ਲੱਗੀ ਜਿਹੜਾ ਮਲਟੀ ਸਪੈਸ਼ਲਿਸਟ ਹਸਪਤਾਲ ਅੰਮ੍ਰਿਤਸਰ ਵਿੱਚ ਦਾਖਲ ਵਾਸਤੇ ਡਾਕਟਰ ਸਾਹਿਬ ਕੋਲ ਗਏ ਸੀ ਪਰ ਡਾਕਟਰ ਸਾਹਿਬ ਨੇ ਉਹਦਾ ਆਪਰੇਸ਼ਨ ਹੋਣ ਕਰਕੇ ਬਿਆਨ ਦੇਣ ਦੇ ਕਾਬਲ ਨਹੀਂ ਦੱਸਿਆ ਜਿਸ 'ਤੇ ਥਾਣਾ ਕਮੋ ਵਿੱਚ ਰਿਪੋਰਟ ਦਰਜ ਕਰ ਦਿੱਤੀ ਗਈ ਹੈ ਜਦੋਂ ਉਹ ਆਪਣੇ ਹੋਸ਼ ਵਿੱਚ ਆਵੇਗਾ ਤਾਂ ਉਹਦੇ ਬਿਆਨ ਲਿਖੇ ਜਿਹੜੇ ਜਿਹੜੇ ਬੰਦੇ CCTV ਫੁਟੇਜ ਦੇ ਵਿੱਚ ਆਏ ਨੇ ਕੋਈ 11-12 ਬੰਦੇ ਨੇ ਉਹਨਾਂ 'ਤੇ ਮੁਕੱਦਮਾ ਦਰਜ ਕੀਤਾ ਜਾਵੇਗਾ ਅਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਹੋਰ ਮੁੰਡਿਆਂ 'ਤੇ ਗੋਲੀਆਂ ਵੱਜੀਆਂ ਵਾ ਜਿਨ੍ਹਾਂ 'ਤੇ 15-15 ਟਾਂਕੇ ਲੱਗੇ ਸਰ ਅਤੇ ਅਨਚਾਰ ਸਾਹਿਬ ਸਾਧ ਸੁਖਦੇਵ ਸਿੰਘ ਜੀ ਉਹ ਇਨਵੈਸਟੀਗੇਸ਼ਨ ਕਰ ਰਹੇ ਨੇ ਜਿਹਦੇ ਜਿਹਦੇ ਵੀ ਗੋਲੀ ਲੱਗੀ ਆ ਉਹਦੇ ਬਿਆਨ ਨਾਲ ਹਾਸਲ ਕਰਕੇ ਜੋ ਬਣਦੀ ਕਾਰਵਾਈ ਆ ਉਹ ਉਹਨਾਂ ਦੇ ਖਿਲਾਫ ਦੋਸ਼ੀਆਂ ਖਿਲਾਫ ਕੀਤੀ ਜਾਊ ਕਿੰਨੇ ਕੁ ਜਲਦੀ ਹੋ ਗਏ ਇਹ ਜੀ ਦੇਖੋ ਜਿਹੜੇ ਦੂਜੇ ਮੁੰਡੇ ਆ ਉਹ ਤਾਂ ਸ਼ਾਇਦ ਕੱਲ੍ਹ ਬਿਆਨ ਲਿਖਾ ਦੇਣ ਜਿੰਨੇ ਜਿੰਨਾਂ ਦੇ ਹੋਰ ਵੀ ਸੱਟਾਂ ਲੱਗੀਆਂ ਨੇ ਅਤੇ ਪਰ ਮੇਨ ਜਿਹੜਾ ਜਿਹਦੇ ਮੇਨ ਗੋਲੀ ਲੱਗੀ ਆ ਉਹ ਮਲਟੀ ਸਪੈਸ਼ਲਿਸਟ ਹਸਪਤਾਲ ਦੇ ਵਿੱਚ ਦਾਖਲ ਆ ਉਹਦਾ ਆਪਰੇਸ਼ਨ ਹੋ ਚੁੱਕਾ ਵਾ ਅਤੇ ਕੁਛ ਡਾਕਟਰ ਸਾਹਿਬ ਨੇ ਉਹਨੂੰ ਬਿਆਨ ਦੇਣ ਦੇ ਕਾਬਲ ਨਹੀਂ ਦੱਸਿਆ ਕੱਲ੍ਹ ਫਿਰ ਦੁਬਾਰਾ ਬਿਆਨ ਹਾਸਲ ਕਰਨ ਵਾਸਤੇ ਜਾਵਾਂਗੇ ਜੋ ਬਿਆਨ ਦਏਗਾ ਉਹਨਾਂ ਉਹਨਾਂ ਬੰਦਿਆਂ ਦੇ ਖਿਲਾਫ ਜਿਹੜੇ CCTV ਫੁਟੇਜ ਦੇ ਵਿੱਚ ਆਏ ਨੇ ਉਹਨਾਂ ਦੀ ਤਫਤੀਸ਼ ਦੌਰਾਨ ਉਹਨਾਂ ਦਾ ਸਾਰਾ ਪਤਾ ਕਰਕੇ ਮੁਕੱਦਮਾ ਦਰਜ ਕੀਤਾ ਜਾਵੇ